ਕਰਨਲ ਬਲਬੀਰ ਸਿੰਘ ਜੀ, ਜਿਹੜੇ ਕਿ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੈ, ਉਹਨਾਂ ਦੇ ਨਾਲ ਹੋਰ ਫੌਜੀ ਸਾਹਿਬਾਨ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੇ ਹੈ, ਇਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਹੈ। ਪਿੱਛੇ ਇੱਕ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਹਦੇ ਅਰਥ ਗਲਤ ਤਰੀਕੇ ਨਾਲ ਕੱਢ ਕੇ ਪੇਸ਼ ਕੀਤਾ ਗਿਆ ਸੀ, ਉਹਦੇ ਬਾਰੇ ਮੈਂ ਅੱਜ ਇਹਨਾਂ ਨਾਲ ਮੀਟਿੰਗ ਕੀਤੀ ਹੈ। ਮੈਂ ਫਿਰ ਕਲੀਅਰ ਕਰਦਾ ਕਿ ਮੇਰੇ ਮਨ ਦੇ ਵਿੱਚ ਫੌਜੀਆਂ ਵੀਰਾਂ ਦਾ ਬਹੁਤ ਬੜਾ ਸਤਿਕਾਰ ਹੈ। ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ, ਅਤੇ ਮੈਂ ਫਿਰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਭਰਾਵਾਂ ਦੇ ਨਾਲ ਹੈ। ਸਾਡਾ ਪਰਿਵਾਰ ਅੱਜ ਤੋਂ ਨਹੀਂ, ਹਮੇਸ਼ਾ ਤੋਂ ਨਾਲ ਰਿਹਾ ਅਤੇ ਅੱਗੇ ਨੂੰ ਵੀ ਨਾਲ ਰਹਾਂਗੇ। ਨਾ ਮੈਂ ਪਹਿਲਾਂ ਕਦੇ ਫੌਜੀਆਂ ਦੇ ਖਿਲਾਫ਼ ਬੋਲਿਆ ਅਤੇ ਨਾ ਅੱਜ ਹੈ, ਨਾ ਅੱਗੇ ਨੂੰ ਹੋਵਾਂਗਾ। ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਰੋਪੜ ਜ਼ਿਲ੍ਹੇ 'ਚ ਦੋ ਫੌਜੀ ਸ਼ਹੀਦ ਹੋਏ, ਤਾਂ ਮੈਂ ਐਜ਼ ਮੁੱਖ ਮੰਤਰੀ ਉੱਥੇ ਜਾ ਕੇ ਉਹਨਾਂ ਦੀ ਅਰਥੀ ਨੂੰ ਕੰਧਾ ਦਿੱਤਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਅਤੇ ਹਰ ਯੋਗ ਸਹਾਇਤਾ ਜੋ ਬਣਦੀ ਸੀ ਸਰਕਾਰ ਵੱਲੋਂ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਦਿੱਤੀ। ਸੋ ਅੱਜ ਫਿਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ। ਫੌਜੀ ਭਰਾਵਾਂ ਨੂੰ ਕੁਛ ਉਸ ਤਰੀਕ ਦਾ ਗਿਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ਼ ਬੋਲਿਆ। ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ਼ ਬੋਲਿਆ ਸੀ। ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾਂ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ 'ਤੇ ਅਟੈਕ ਕਰਦੇ ਹੈ, ਅਤੇ ਸਾਡੇ ਪਹਿਲਾਂ ਵੀ 40 ਫੌਜੀ ਸ਼ਹੀਦ ਹੋ ਗਏ ਸੀ ਅਤੇ ਹੁਣ ਫਿਰ ਇੱਕ ਸ਼ਹੀਦ ਹੋ ਗਿਆ, ਉਹਦਾ ਸਾਨੂੰ ਰੋਸ ਹੈ, ਜਿਹੜਾ ਸ਼ਹੀਦ ਹੋਇਆ ਦੁੱਖ ਹੈ, ਅਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜ੍ਹੇ ਅਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜ੍ਹਾ, ਇਹ ਮੈਂ ਕਲੀਅਰ ਕਰ ਰਿਹਾ ਫੌਜੀ ਸਾਹਿਬ। ਮੈਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪ੍ਰਵਾਸੀਆਂ ਤੋਂ ਬਾਹਰ ਨਿਕਲਣਾ ਚਾਹੁੰਦਾ। ਮੈਂ ਪ੍ਰਵਾਸੀਆਂ ਦੇ ਨਾਲ ਹਮੇਸ਼ਾ ਖੜ੍ਹਿਆ ਅਤੇ ਅੱਗੇ ਨੂੰ ਵੀ ਖੜ੍ਹਾ। ਮੇਰੇ ਹਲਕੇ ਦੇ ਵਿੱਚ ਬਿਹਾਰੀ ਪ੍ਰਵਾਸੀ ਹੈ ਜਿਹੜੇ ਛੱਠ ਪੂਜਾ ਕਰਦੇ। ਮੈਂ ਛੱਠ ਮਾਤਾ ਦਾ ਮੰਦਰ ਆਪਣੇ ਮਰਿੰਡੇ ਦੇ ਵਿੱਚ ਬਣਵਾਇਆ, ਛੱਠ ਪੂਜਾ ਲਈ ਜਗ੍ਹਾ ਦਿੱਤੀ ਅਤੇ ਆਪਣੇ ਗਰਾਂਟਾਂ ਦੇ ਕੇ ਛੱਠ ਪੂਜਾ ਦਾ ਹੌਲ ਵੀ ਬਣਵਾਇਆ ਅਤੇ ਅਸੀਂ ਇਕੱਠੇ ਅੱਜ ਨਹੀਂ ਹਰ ਵਾਰ ਹੋਲੀ ਖੇਡਦੇ ਹਾਂ। ਤੁਸੀਂ ਮੇਰੀ ਪਿਛਲੀ ਹੋਲੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਲੀ ਖੇਡਦੇ ਦੀ ਵੀਡੀਓ ਵੀ ਦੇਖੀ ਹੋਏਗੀ ਅਤੇ ਸਾਡੇ ਪਰਿਵਾਰਾਂ ਦੇ ਵਿੱਚ ਏਕਤਾ, ਅਸੀਂ ਇਕੱਠੇ ਹੋ ਕੇ ਚੱਲਦੇ ਹਾਂ। ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਨੂੰ ਬਿਲਡ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਅੱਜ ਵੀ ਬਿਲਡਿੰਗਾਂ ਦੇ ਠੇਕੇਦਾਰ ਪ੍ਰਵਾਸੀ ਮਜ਼ਦੂਰ ਹੈ, ਉਹ ਸਾਡੇ ਭਰਾ ਹੈ। ਜਿਹੜਾ ਸਾਡੇ ਪੰਜਾਬ 'ਚ ਆ ਕੇ ਵੱਸ ਗਿਆ ਉਹ ਸਾਡਾ ਹੈ ਅਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲਾਂਗੇ। ਦੇਖੋ ਜੀ, ਚੋਣਾਂ ਦੇ ਵਿੱਚ ਹਰ ਕੋਈ ਆਉਂਦਾ ਹੈ। ਐਜ਼ ਪ੍ਰਧਾਨ ਮੰਤਰੀ ਉਹ 10 ਸਾਲ ਦੇ ਪ੍ਰਧਾਨ ਮੰਤਰੀ ਹੈ। ਮੈਂ ਬਸ ਇੰਨਾ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਇੱਥੇ ਆਉਣ ਇੰਨਾ ਜ਼ਰੂਰ ਦੱਸ ਦੇਣ ਕਿ ਅੱਜ ਤੱਕ ਪੰਜਾਬ ਨੂੰ ਕਿਆ ਦਿੱਤਾ। ਅਤੇ ਹੁਣ ਕਈ ਕਹਿ ਰਹੇ ਜੀ ਉਹ ਵਾਪਸ ਮੁੜ ਗਏ ਸੀ, ਉਹਨਾਂ ਨੇ ਬਹੁਤ ਕੁਛ ਦੇ ਕੇ ਜਾਣਾ ਸੀ, ਉਸ ਤੋਂ ਬਾਅਦ ਜਿਹੜੀ ਪੈਨ ਦੀ ਸਿਆਹੀ ਮੁੱਕ ਗਈ, ਉਹ ਦੁਬਾਰੇ ਕਦੇ ਭਰੇਗੀ ਕਿ ਨਹੀਂ ਭਰੇਗੀ, ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਫਿਰ ਕਿਉਂ ਨਹੀਂ ਕੁਛ ਦਿੱਤਾ। ਸੋ ਮੇਰਾ ਇੰਨਾ ਕੁ ਸਵਾਲ ਹੈ ਕਿ ਸਾਡਾ ਇੱਥੇ ਏਅਰਪੋਰਟ ਬਣਿਆ, ਪੰਜਾਬ ਵਿਧਾਨ ਸਭਾ ਦੇ ਵਿੱਚ ਅਸੀਂ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਰੱਖਿਆ ਜਾਵੇ।
ਲੇਕਿਨ ਕੇਂਦਰ ਸਰਕਾਰ ਜਿਹੜੀ ਕਿ ਬੀਜੇਪੀ ਦੀ ਸਰਕਾਰ ਹੈ, ਇਹ ਦਲਿਤ ਵਿਰੋਧੀ ਹੋਣ ਕਰਕੇ ਇਹਨਾਂ ਨੇ ਉਸਦਾ ਨਾਮ ਰੱਖਿਆ ਨਹੀਂ। ਹੁਣ ਸ਼ਾਇਦ ਜਦ ਇਹਨਾਂ ਦੀਆਂ ਭਾਵਨਾ ਚਲੇ ਗਈਆਂ ਵੋਟਾਂ ਲੈਣ ਵਾਸਤੇ, ਫਿਰ ਅਨਾਊਂਸ ਕਰਨਗੇ ਅਸੀਂ ਰੱਖਾਂਗੇ, ਲੇਕਿਨ ਹੁਣ ਸਾਨੂੰ ਇਹਨਾਂ 'ਤੇ ਕੋਈ ਵਿਸ਼ਵਾਸ ਨਹੀਂ ਹੈ। ਆਪਣੀ ਸਰਕਾਰ ਆਏਗੀ, ਅਸੀਂ ਇਸ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਰੱਖਾਂਗੇ। ਅੱਜ ਤੱਕ ਜਲੰਧਰ ਦੀ ਇੰਡਸਟਰੀ ਡੁੱਬ ਰਹੀ ਹੈ ਬੀਜੇਪੀ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ। ਚਮੜੇ ਦਾ ਉਦਯੋਗ ਖਤਮ ਹੋ ਰਿਹਾ, ਹੋ ਚੁੱਕਿਆ ਇਹਨਾਂ ਦੀ ਮਾੜੀ ਨੀਤਾਂ ਕਰਕੇ। ਸਪੋਰਟਸ ਇੰਡਸਟਰੀ ਖਤਮ ਹੋ ਰਹੀ ਹੈ ਅਤੇ ਟੂਲ ਦੀ ਇੰਡਸਟਰੀ, ਫੋਰਜਿੰਗ ਦੀ ਇੰਡਸਟਰੀ, ਇਹ ਸਾਰੀਆਂ ਇੱਥੇ ਖਤਮ ਹੋ ਰਹੀਆਂ ਜਾਂ ਪਲੈਨ ਕਰ ਰਹੀਆਂ, ਇਹ ਬੀਜੇਪੀ ਦੀਆਂ ਘਟੀਆਂ ਨੀਤੀਆਂ ਕਰਕੇ ਜਾਂ ਮਾੜੀਆਂ ਨੀਤੀਆਂ ਕਰਕੇ ਜਾਂ ਇੰਡਸਟਰੀ ਵਿਰੋਧੀ ਨੀਤੀਆਂ ਕਰਕੇ ਹੋਇਆ। ਕੇਂਦਰ ਸਰਕਾਰ ਦੇ ਵਿੱਚ ਕਾਂਗਰਸ ਅਲਾਇੰਸ ਦੀ ਸਰਕਾਰ ਬਣੇਗੀ ਤਾਂ ਇੱਥੇ ਦੀ ਇੰਡਸਟਰੀ ਦੁਬਾਰੇ ਫਲੋਰਿਸ਼ ਕਰੇਗੀ, ਇਸ ਗੱਲ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਸਕਦਾ। ਬਹੁਤ ਧੰਨਵਾਦ। ਜਿਸ ਤਰ੍ਹਾਂ ਭ੍ਰਿਸ਼ਟਾਚਾਰ ਪਰ ਐਕਸ਼ਨ ਕਰ ਰਹੀ ਹੈ, ਉਸੇ ਬੜੇ ਘੁਟਾਲੇ ਉਜਾਗਰ ਹੋ ਰਹੇ ਹੈ। ਅਖਿਲੇਸ਼ ਯਾਦਵ ਨੇ ਆਪਣੇ ਇੱਕ ਸਾਕਸ਼ਾਤ ਮੇਂ ਕਿਹਾ ਕਿ ਇੰਡੀਆ ਗਠਬੰਧਨ ਕੀ ਸਰਕਾਰ ਆਈ ਤੋ ਸਰਕਾਰ ਬਣਨੇ ਕੇ ਬਾਅਦ ਈਡੀ ਔਰ ਸੀਬੀਆਈ ਬੰਦ ਹੋਗਾ, ਕੁਛ ਐਸਾ ਕਰੇਂਗੇ। ਦੇਖੋ, ਈਡੀ ਔਰ ਸੀਬੀਆਈ ਜਾਂ ਵਿਜੀਲੈਂਸ, ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ। ਮਿਸਯੂਜ਼ ਇਨ ਦਾ ਸੈਂਸ ਕਿ ਇਹ ਨਹੀਂ ਹੈ ਕਿ ਜੀ ਆਪਣੇ ਵਿਰੋਧੀਆਂ ਦੀ ਬਾਂਹ ਮਰੋੜ ਕੇ ਤੁਸੀਂ ਉਸ ਦਾ ਫਾਇਦਾ ਲਓ ਅਤੇ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੀ ਪਾਰਟੀ 'ਚ ਆਉਣ। ਇਹ ਸਾਡੀ ਸਰਕਾਰ ਆਏਗੀ ਬਿਲਕੁਲ ਨਹੀਂ ਹੋਏਗਾ। ਪ੍ਰਿਯੰਕਾ ਗਾਂਧੀ ਜੀ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਹਿੰਦੂ ਧਰਮ ਕੋ ਅੱਛੀ ਤਰ੍ਹਾਂ ਸੇ ਜਾਣਦੇ, ਮੋਦੀ ਜੀ ਕੇ ਬਿਆਨ ਪੇ ਬਿਆਨਦੇ। ਉਹ ਤਾਂ ਸਾਰੀਆਂ ਦੁਨੀਆਂ ਨੂੰ ਪਤਾ ਕਿ ਅੱਛੀ ਤਰ੍ਹਾਂ ਜਾਣਦੇ। ਬਹੁਤ ਸਿਮਰਜੀਤ ਸਿੰਘ ਬੈਂਸ ਤੇ ਰਵਨੀਤ ਬਿੱਟੂ ਦੀ ਆਡੀਓ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵੀ ਲਾਈਵ ਆਏ ਸੀ ਤਾਂ ਹੁਣ ਰਵਨੀਤ ਬਿੱਟੂ ਨੇ ਬਿਆਨ ਦਿੱਤਾ, ਕਹਿੰਦੇ ਕਿ ਇਹ ਆਡੀਓ ਜਿਹੜੀ ਹੈ ਮੇਰੀ ਨਹੀਂ ਹੈ, ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ। ਦੇਖੋ ਭੈਣ ਜੀ, ਤੁਸੀਂ ਮੇਰੇ ਨਾਲ ਜਲੰਧਰ ਬਾਰੇ 'ਚ ਗੱਲ ਕਰੋ ਤੇ ਉਹਨਾਂ ਦੀ ਗੱਲ ਉਹ ਕਰ ਦੱਸਣਗੇ ਵੀ ਕਿਆ ਉਹਨਾਂ ਦੀ ਵਾਰਤਾ ਹੋਈ ਕਿ ਨਹੀਂ। ਇੱਕ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ, ਮੈਨੂੰ ਪ੍ਰਾਈਵੇਟ ਕਾਲਜ ਨੋਨ ਟੀਚਿੰਗ ਇੰਪਲਾਈਜ਼ ਯੂਨੀਅਨ ਵਾਲੇ ਮਿਲੇ ਹੈ। ਮੈਂ ਉਹਨਾਂ ਦਾ ਜਿਹੜਾ ਅਸੀਂ ਵਿੱਤ ਕਮਿਸ਼ਨ ਲਾਗੂ ਕੀਤਾ ਸੀ, ਇਹਨਾਂ ਦਾ ਹੋਇਆ ਨਹੀਂ, ਉਹ ਵੀ ਹੋਣਾ ਚਾਹੀਦਾ। ਪਰ ਮੇਰੀ ਇੱਕ ਬੇਨਤੀ ਹੈ ਕਿ ਸਾਡੀ ਜਿਹੜੀ ਮੇਨ ਅੱਜ ਦੀ ਗੱਲ ਹੈ ਪ੍ਰੈਸ ਕਾਨਫਰੰਸ, ਉਹ ਨਾ ਤੁਸੀਂ ਡੋਬ ਦਿਓ। ਮੈਂ ਤੁਹਾਡੀਆਂ ਗੱਲਾਂ ਦੇ ਚਾਰ ਦੇ ਜਵਾਬ ਦਿੱਤੇ, ਪਰ ਅਸਲੀ ਸਾਡੀ ਗੱਲ ਵੀਰ ਜੀ ਇੱਦਾਂ ਹੈ ਕਿ ਮੇਰਾ ਜਿਹੜਾ ਸਾਡਾ ਜਿਹੜਾ ਮੇਨ ਫੌਜੀਆਂ ਦਾ ਮੁੱਦਾ ਹੈ, ਜਿਹਦੇ ਪਿੱਛੇ ਬਿਨਾਂ ਮਤਲਬ ਤੇ ਅਸੀਂ ਸਮਰਥਕ ਅਸਲੀ ਫੌਜੀਆਂ ਦੇ, ਉਹਨਾਂ ਦੇ ਟਾਈਮ 'ਚ ਸਾਡੇ ਫੌਜੀ ਸ਼ਹੀਦ ਹੋ ਰਹੇ ਅਤੇ ਉਹਨਾਂ ਦੇ ਅਟੈਕ ਹੋ ਰਹੇ ਅਤੇ ਉਲਟਾ ਸਾਨੂੰ ਇਹ ਵਿਰੋਧੀ ਦੱਸ ਰਹੇ ਫੌਜੀਆਂ ਦੇ। ਅਸਲ ਦੇ ਵਿੱਚ ਉਹ ਲੋਕ ਹੈ ਜਿਹੜੇ, ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਪੁਲਵਾਮਾ ਅਟੈਕ ਵਾਲੇ ਬੰਦੇ ਅੱਜ ਤੱਕ ਮਿਲੇ ਨਹੀਂ, ਅਤੇ ਇਹ ਕੌਣ ਹੈ ਜਿਨ੍ਹਾਂ ਨੇ ਹੁਣ ਫੌਜੀਆਂ 'ਤੇ ਅਟੈਕ ਕਰਿਆ। ਮੇਰਾ ਇਹ ਹੈ, ਉਸ ਦਿਨ ਵੀ ਮੈਂ ਇਹ ਸਵਾਲ ਕੀਤਾ ਸੀ। ਉਹ ਯਾਰ ਠਹਿਰੋ ਵੀਰ ਜੀ, ਉਹ ਸਰ ਜੀ ਤੁਸੀਂ ਬਹੁਤ ਅੱਛੇ ਪੱਤਰਕਾਰ ਹੋ, ਪਰ ਮੇਰੀ ਖਬਰ ਨਾ ਮਾਰੋ। ਮੈਂ ਕਹਿ ਰਿਹਾ ਕਿ ਮੇਰਾ ਸਵਾਲ ਇਹ ਹੈ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਪੁਲਵਾਮਾ ਅਟੈਕ ਕਰਕੇ ਸਾਡੇ 40 ਨੌਜਵਾਨ ਸ਼ਹੀਦ ਕੀਤੇ, ਮੇਰਾ ਇਹ ਕੁਐਸਚਨ ਸੀ। ਉਸ ਤੋਂ ਉਹ ਅੱਜ ਤੱਕ ਕਿਉਂ ਨਹੀਂ ਫੜੇ ਗਏ, ਉਹਨਾਂ ਨੂੰ ਨੰਗਾ ਕਿਉਂ ਨਹੀਂ ਕੀਤਾ, ਮੇਰਾ ਇਹ ਹੈ। ਅਤੇ ਮੇਰਾ ਇਹ ਹੈ ਕਿ ਜਿਹੜੇ ਹੁਣ ਇਲੈਕਸ਼ਨਾਂ ਦੇ ਵਿੱਚ ਹੀ ਦੁਬਾਰੇ ਅਟੈਕ ਹੋ ਗਏ, 2 ਸਾਡੇ ਨੌਜਵਾਨ ਮਾਰਤੇ ਅਤੇ ਫੱਟੜ ਹੋਏ, ਉਹ ਕੌਣ ਬੰਦੇ, ਉਹਨਾਂ ਨੂੰ ਫੜਦੀ ਕਿਉਂ ਨਹੀਂ ਹੈ ਸਰਕਾਰ, ਇਹ ਮੈਂ ਪੁੱਛਦਾ। ਇਸ ਨੂੰ ਮੈਂ ਕਹਿ ਰਿਹਾ, ਇਹ ਮੈਂ ਕਹਿ ਰਿਹਾ ਕਿ 5 ਸਾਲਾਂ 'ਚ ਤੁਸੀਂ ਨਹੀਂ ਪੜ੍ਹੇ, ਆਹ ਹੁਣ ਹੈ ਤੁਸੀਂ ਫਿਰ ਨਹੀਂ ਪੜ੍ਹੇ, ਫਿਰ ਤੁਸੀਂ ਸਾਨੂੰ ਵਿਰੋਧੀ ਦੱਸ ਰਹੇ ਹੋ। ਤੁਸੀਂ ਜਿਹੜਾ ਕਾਨੂੰਨ ਲੈ ਕੇ ਆਉਂਦਾ 4 ਸਾਲ ਦੀ ਨੌਕਰੀ ਦੇਣੀ ਹੈ ਫੌਜੀ ਨੂੰ,
ਬਾਹਰ ਵਾਪਸ ਆ ਕੇ ਕਿਆ ਕਰੇਗਾ? ਉਹਦੇ ਫਿਊਚਰ ਖਤਮ ਕਰ ਰਹੇ ਹੋ ਤੁਸੀਂ ਨੌਜਵਾਨਾਂ ਦਾ।